ਸਤਿ ਸ਼੍ਰੀ ਅਕਾਲ ਜੀ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਬਹੁਤ ਸੋਹਣਾ ਡਿਜ਼ਾਈਨਰ ਲੁੱਕ ਦੇ ਵਿੱਚ ਇੱਕ ਸੂਟ ਆਪਾਂ ਲੈ ਕੇ ਆਏ ਹਾਂ, ਜਿਹੜਾ ਕਿ ਨਾਲ ਕਲੀਆਂ ਵਾਲਾ ਪਲਾਜ਼ੋ ਹੈ। ਬਹੁਤ ਸੋਹਣਾ, ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ। ਤਾਂ ਤੁਸੀਂ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਉ, ਅਤੇ ਸਾਰਾ ਜਿਹੜਾ ਸੂਟ ਹੈ ਉਹਨੂੰ ਵੀ ਜ਼ਰੂਰ ਵੇਖਿਓ, ਕਿਉਂਕਿ ਜਿਹੜੇ ਚਿੜੀਆਂ ਕਾਂ ਨੇ ਉਹ ਅੱਜ ਕੱਲ੍ਹ ਵੇਖਣ ਨੂੰ ਨਹੀਂ ਮਿਲਦੇ, ਪਿੰਜਰਿਆਂ ਦੇ ਵਿੱਚ ਹੀ ਰਹਿ ਗਏ। ਬਟ ਹੁਣ ਅਸਮਾਨ 'ਚ ਉੱਡਣ ਦੀ ਵਜ੍ਹਾ ਨਾਲ, ਆਕਸੀਜਨ ਦੀ ਕਮੀ ਹੋਣ ਦੇ ਕਾਰਨ ਹੈ ਨਾ, ਉਹ ਤਾਂ ਨਹੀਂ ਰਹੇ, ਬਹੁਤ ਘੱਟ ਘੱਟ ਗਏ। ਅੱਗੇ ਜ਼ਿਆਦਾ ਦੇਖਣ ਨੂੰ ਮਿਲਦੇ ਸੀ, ਬਟ ਹੁਣ ਜਿਹੜੇ ਕਿ ਨੇ, ਹਾਥੀ ਲਾ ਲਓ, ਚਿੜੀਆਂ ਲਾ ਲਓ, ਹੈ ਨਾ, ਕਬੂਤਰ ਲਾ ਲਓ, ਕੁਛ ਵੀ ਲਾ, ਉਹ ਅੱਜ ਕੱਲ੍ਹ ਕੀ ਨੇ, ਜਿਹੜੇ ਕਿ ਸੂਟਾਂ ਦੇ ਉੱਪਰ ਆ ਗਏ। ਮੈਂ ਤੁਹਾਨੂੰ ਸੂਟਾਂ ਦੇ ਉੱਪਰ ਦਿਖਾਉਣੀ ਆ, ਦੇਖੋ ਇਹ ਸਲੀਵਸ ਨੇ, ਇਹਨਾਂ ਦੀਆਂ ਜਿਹੜੀਆਂ ਬਾਹਾਂ ਤੁਸੀਂ ਵੇਖ ਰਹੇ ਹੋ, ਬਾਹਾਂ ਦਾ ਡਿਜ਼ਾਈਨ ਬਹੁਤ ਸੋਹਣਾ, ਸਲੀਵਸ ਦੇ ਉੱਪਰ ਜਿਹੜੀਆਂ ਕਿ ਚਿੜੀਆਂ ਨੇ, ਚਿੜੀਆਂ ਦਾ ਜਿਹੜਾ ਡਿਜ਼ਾਈਨ ਆ ਉਹ ਬਣਿਆ ਹੋਇਆ ਹੈਗਾ। ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਹੋਈਆਂ ਨੇ ਬਾਜੂ, ਅਤੇ ਇਹਦੇ ਨੀਚੇ ਵੀ ਆਪਾਂ ਨੇ ਜਿਹੜੀ ਕਿ ਮੋਤੀਆਂ ਵਾਲੀ ਲੇਸ ਆ ਉਹ ਲਗਾਈ ਹੈ ਪਰਲ ਦੇ ਵਿੱਚ, ਇਹ ਵੀ ਬਹੁਤ ਸੋਹਣੀਆਂ। ਇਹ ਦੇਖੋ ਉੱਪਰ ਚਿੜੀਆਂ ਬਣੀਆਂ ਹੋਈਆਂ ਨੇ, ਬਹੁਤ ਸੋਹਣੀਆਂ ਦੇਖੋ ਬਣਾਈਆਂ ਨੇ ਕਾਰੀਗਰਾਂ ਨੇ ਆਪਣੀ ਮਿਹਨਤ ਨਾਲ। ਅਤੇ ਨੀਚੇ ਆਪਾਂ ਆ ਜਾਓ, ਆਪਾਂ ਦੇਖਦੇ ਹਾਂ ਘੇਰੇ 'ਤੇ, ਇੱਥੇ ਦੇਖੋ ਤੁਸੀਂ ਹਾਥੀ ਤੁਹਾਨੂੰ ਦੋ ਨਜ਼ਰ ਆਉਂਦੇ ਨੇ। ਇਹ ਦੋਨੋਂ ਹਾਥੀ ਨੂੰ ਆਪਾਂ ਨੇ ਇੱਕ ਮਤਲਬ ਕਿ ਮੰਦਿਰ ਟਾਈਪ ਆਪਾਂ ਨੇ ਟ੍ਰੇਸ ਬਣਾਇਆ, ਉਹਦੇ ਵਿੱਚ ਹਾਥੀ ਰੱਖੇ ਨੇ, ਦੋਨੋਂ ਹਾਥੀ ਨੇ। ਅਤੇ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਆ ਇਹ ਬਣਿਆ ਹੈਗਾ। ਨੀਚੇ ਵੀ ਆਪਣੇ ਪਰਲ ਮੋਤੀਆਂ ਲਈ ਜਿਹੜੀ ਕਿ ਲੇਸ ਆ ਉਹ ਲਗਾਈ ਹੈ। ਨੈਕ ਦਾ ਡਿਜ਼ਾਈਨ ਤੁਸੀਂ ਵੇਖ ਰਹੇ ਹੋ ਉਹ ਵੀ ਬਹੁਤ ਸੋਹਣਾ ਗਾ, ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਵਰਕ ਹੋਇਆ। ਇਹ ਵਾਲੀ ਵੀ ਕਰੇਵ ਜਿਹੜੀ ਕਿ ਫੁੱਲ ਪਿਓਰ ਕਰੇਵ ਆ, ਇਹਦਾ ਜਿਹੜਾ ਕੱਪੜਾ ਗਾ ਉਹ ਕਮਲ ਚਨੌਨ ਦਾ ਦੁਪੱਟਾ ਜੀ ਪਿਓਰ ਦਾ, ਅਤੇ 80 ਗ੍ਰਾਮ ਜਿਹੜੀ ਕਿ ਕਰੇਵ ਹੁੰਦੀ ਆ ਆਪਣੀ, 80 ਗ੍ਰਾਮ ਵਾਲੀ ਉਹੀ ਕਰੇਵ ਆਪਾਂ ਨੇ ਲਗਾਈ ਹੈ, ਨੈਚੁਰਲ ਕਰੇਵ, ਫੁੱਲ ਪਿਓਰ ਪਿਓਰ ਡਸ਼ੀਨ ਕਰੇਵ ਵੀ ਇਹਨੂੰ ਬੋਲ ਦਿੰਦੇ ਹਾਂ। ਡਸ਼ੀਨ ਵੀ ਇਹੀ ਸਟੱਫ ਹੁੰਦਾ, ਅਤੇ ਇਹਨੂੰ ਕਰੇਵ ਵੀ ਨੋ ਕਰੇਵ ਵੀ ਬੋਲਦੇ ਆ, ਡਸ਼ੀਨ ਵੀ ਬੋਲਦੇ ਆ। ਐਂਡ ਇਹਦਾ ਜਿਹੜਾ ਕਿ ਪਲਾਜ਼ੋ ਹੈ ਉਹ ਕਲੀਆਂ ਕੱਟ ਕੇ ਆਪਾਂ ਨੇ ਰੈਡੀ ਕੀਤਾ, ਸਾਰੇ ਪਲਾਜ਼ੋ ਦੇ ਨੀਚੇ ਆਪਾਂ ਨੇ ਜਿਹੜਾ ਕਿ ਵਰਕ ਆ ਵਰਕ ਵੀ ਕਰਿਆ ਹੋਇਆ, ਵਰਕ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਰੈਡੀ ਹੋਇਆ ਗਾ। ਵਰਕ ਬਹੁਤ ਸੋਹਣਾ ਲੱਗਦਾ ਗਾ, ਤੁਸੀਂ ਵੇਖ ਰਹੇ ਹੋ। ਨੀਚੇ ਆਪਾਂ ਨੇ ਜਿਹੜੀ ਕਿ ਪੱਟੀ ਲਗਾ ਕੇ ਇਹਨੂੰ ਮਤਲਬ ਕਿ ਮਗਜ਼ੀ ਲਾ ਕੇ ਫਿਨਿਸ਼ ਕੀਤਾ ਗਾ, ਉਹ ਇਹਦੀ ਮਤਲਬ ਕਿ ਜਿਹੜੀ ਫਿਨਿਸ਼ਿੰਗ ਆ ਨੀਚੋਂ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਈ ਆ। ਜਿਹੜਾ ਕਿ ਪਲਾਜ਼ੋ ਆ, ਪਲਾਜ਼ੋ ਵੀ ਕਾਫੀ ਖੁੱਲ੍ਹਾ ਗਾ, ਮੈਂ ਫੋਲਡ ਕਰਿਆ ਹੋਇਆ, ਇਹਦੀਆਂ ਕਾਫੀ ਖੁੱਲ੍ਹੀਆਂ ਲੇਅਰਸ ਨੇ, ਨਹੀਂ ਤਾਂ ਇਹ ਬਹੁਤ ਖੁੱਲ੍ਹਾ ਗਾ ਜੀ। ਜਿਹੜਾ ਕਿ ਪਲਾਜ਼ੋ ਆ, ਪਲਾਜ਼ੋ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ। ਐਂਡ ਇਹਦਾ ਜਿਹੜਾ ਕਿ ਦੁਪੱਟਾ ਗਾ, ਦੁਪੱਟੇ ਦੀ ਆਪਾਂ ਗੱਲ ਕਰਦੇ ਹਾਂ, ਦੁਪੱਟਾ ਵੀ ਬਹੁਤ ਸੋਹਣਾ ਕਮਲ ਚਨੌਨ ਦਾ ਰੈਡੀ ਹੋਇਆ। ਅਤੇ ਦੁਪੱਟੇ ਦਾ ਜਿਹੜਾ ਕਿ ਵਰਕ ਹੈ, ਇਹ ਦੇਖੋ ਆਪਾਂ ਨੇ ਲਾਈਨਸ ਲਗਾਈਆਂ ਨੇ ਸਿਰਫ ਬਾਰਡਰ ਦੇ ਸਟਾਈਲ 'ਚ। ਐਂਡ ਇਹਦਾ ਜਿਹੜਾ ਗੋਟਾ ਦੇਖੋ ਤੁਸੀਂ, ਫੁੱਲਚੜੀ ਨੂੰ ਛੱਡ ਕੇ ਇਸ ਵਾਰ ਆਪਾਂ ਨੇ ਥੋੜ੍ਹਾ ਜਿਹਾ ਕੋਈ ਨਿਊ ਸਟਾਈਲ ਦੇ ਵਿੱਚ ਲਗਾਇਆ ਹੈਗਾ, ਕਿਉਂਕਿ ਫੁੱਲਚੜੀ ਬਹੁਤ ਜ਼ਿਆਦਾ ਹੋ ਚੁੱਕਿਆ ਸੀ, ਹੁਣ ਆਪਾਂ ਥੋੜ੍ਹਾ ਡਿਫਰੈਂਟ ਸਟਾਈਲ ਦੇ ਵਿੱਚ ਜਿਹੜੇ ਕਿ ਗੋਟੇ ਨੇ ਉਹ ਲਗਾ ਰਹੇ ਹਾਂ। ਬਹੁਤ ਸੋਹਣੇ ਲੁੱਕ ਦੇ ਵਿੱਚ ਇਹ ਵਾਲਾ ਗੋਟਾ ਲੱਗ ਰਿਹਾ, ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ। ਜਿਹੜਾ ਵਰਕ ਹੈ, ਵਰਕ ਦੀ ਤੁਸੀਂ ਗੱਲ ਵਾਤ ਐਂਡ ਹੀ ਆ, ਬਸ ਬਹੁਤ ਜ਼ਿਆਦਾ ਸੋਹਣਾ ਜਿਹੜਾ ਕਿ ਵਰਕ ਹੈ, ਅਤੇ ਐਂਡ ਡਿਜ਼ਾਈਨ ਬਹੁਤ ਸੋਹਣਾ ਗਾ। ਤੁਸੀਂ ਐਵੇਂ ਦੇ ਵਰਕ ਅਤੇ ਐਵੇਂ ਦੇ ਡਿਜ਼ਾਈਨ ਸਾਡੇ ਤੋਂ ਕਰਵਾ ਸਕਦੇ ਹੋ, ਅਤੇ ਸਾਨੂੰ ਔਰਡਰ ਦੇ ਸਕਦੇ ਹੋ ਬੇਝਿਜਕੋ ਕੇ। ਜਿੱਦਾਂ ਦਾ ਵੀ ਤੁਸੀਂ ਸਟੱਫ ਸਾਨੂੰ ਕਹੋਗੇ, ਅਸੀਂ ਉਸ ਤਰੀਕੇ ਦਾ ਹੀ ਸਟੱਫ ਤੁਹਾਨੂੰ ਲਗਾ ਕੇ ਦੇਵਾਂਗੇ। ਤੁਸੀਂ ਸਾਨੂੰ ਔਰਡਰ ਦਿਆ ਕਰੋ, ਜਿੱਦਾਂ ਦਾ ਤੁਹਾਡਾ ਸਟੱਫ ਲੈਣ ਦਾ ਮਨ ਆ, ਅਸੀਂ ਉੱਦਾਂ ਦਾ ਸਟੱਫ, ਜੇ ਤੁਸੀਂ ਹਲਕੀ ਕਰੇਵ ਲਗਾਉਣੀ ਉਹ ਵੀ ਲਗਾ ਦਾਂਗੇ, ਜੇ ਤੁਸੀਂ ਇੱਦਾਂ ਦੀ ਡਸ਼ੀਨ ਕਰੇਵ ਲਗਾਉਣੀ ਆ ਆਪਾਂ ਉਹ ਵੀ ਤੁਹਾਨੂੰ ਲਗਾ ਕੇ ਦੇਵਾਂਗੇ। ਇਹਨੂੰ ਆਪਾਂ ਨੇ ਦੇਖੋ ਪਾਈਪਿੰਗ ਦੇ ਨਾਲ ਵੀ ਫਿਨਿਸ਼ ਕੀਤਾ ਸੂਟ ਨੂੰ, ਸਾਈਡ 'ਤੇ ਜਿਹੜੀ ਕਿ ਪਾਈਪਿੰਗ ਲਗਾਈ ਆ, ਕਿਉਂਕਿ ਵਰਕ ਵੀ ਬਹੁਤ ਜ਼ਿਆਦਾ ਹੈਵੀ ਸੀ, ਬਟ ਫਿਰ ਵੀ ਆਪਾਂ ਨੇ ਜਿਹੜੀ ਕਿ ਪਾਈਪਿੰਗ ਉਹ ਲਗਾਈ ਆ। ਪਲੇਟਸ ਵੀ ਆਪਾਂ ਨੇ ਪਾਈਆਂ ਨੇ, ਚਾਹੇ ਵਰਕ ਕਿੰਨਾ ਵੀ ਹੈਵੀ ਹੋਵੇ ਆਪਾਂ ਜਿਹੜੀਆਂ ਪਲੇਟਸ ਨੇ ਉਹ ਪਾ ਦਿੰਦੇ ਹਾਂਗੇ। ਅਤੇ ਵਰਕ ਵੀ ਦੇਖੋ ਬਿਲਕੁਲ ਵੀ ਟੁੱਟਣ ਨਹੀਂ ਦਿੱਤਾ ਪਲੇਟਸ, ਬਟ ਫਿਰ ਵੀ ਪਾਈਆਂ ਨੇ। ਥੈਂਕ ਯੂ ਜੀ ਮੇਰੀ ਵੀਡੀਓ ਨੂੰ ਵੇਖਣ ਲਈ ਅਤੇ ਸ਼ੇਅਰ ਕਰਨ ਲਈ, ਅਤੇ ਤੁਸੀਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਤਾਂ ਕਿ ਕਾਫੀ ਮੇਰੀਆਂ ਭੈਣਾਂ ਨੂੰ ਪਤਾ ਚੱਲ ਜਾਂਦਾ ਵੀ ਫਤਿਹ ਬੁਟੀਕ ਵਾਲੇ ਬਹੁਤ ਸੋਹਣਾ ਕੰਮ ਕਰਦੇ ਆ। ਜਿਨ੍ਹਾਂ ਨੇ ਵੀ ਵਰਕ ਕਰਵਾਉਣੇ ਹੁੰਦੇ ਆ ਸੂਟ, ਅਸੀਂ ਜ਼ਿਆਦਾਤਰ ਔਰਡਰ 'ਤੇ ਹੀ ਕੰਮ ਕਰਦੇ ਹਾਂ ਜੀ, ਜ਼ਿਆਦਾਤਰ ਸਟੋਕ ਨਹੀਂ ਰੱਖਦੇ, ਜ਼ਿਆਦਾਤਰ ਸਾਡਾ ਕੰਮ ਜਿਹੜਾ ਔਰਡਰ ਦਾ ਹੀ ਆ। ਜਿੱਦਾਂ ਦਾ ਤੁਹਾਨੂੰ ਕਲਰ ਚਾਹੀਦਾ, ਜਿੱਦਾਂ ਦਾ ਤੁਹਾਨੂੰ ਸਟੱਫ ਚਾਹੀਦਾ, ਅਸੀਂ ਤੁਹਾਨੂੰ ਲੈ ਕੇ ਦੇਵਾਂਗੇ ਉੱਦਾਂ ਦਾ ਹੀ। ਅਤੇ ਬਸ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮੱਚ ਵੀਡੀਓ ਨੂੰ ਵੇਖਣ ਲਈ ਅਤੇ ਸ਼ੇਅਰ ਕਰਨ ਲਈ। ਥੈਂਕ ਯੂ।